ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੋਹ ਚੰਦ ਲੈਣਾ ਅਸੀਂ ਟਰੱਕਾਂ ਵਾਲੇ ਬਾਈਆਂ ਤੇ ਬੋਲਣ ਜਾ ਰਹੇ ਹਾਂ ਜਿਨ੍ਹਾਂ ਦੀ ਕਮਾਈ ਬੜੀ ਔਖੀ ਆ। ਕਹਿੰਦਾ ਸਾਰਿਆਂ ਤੋਂ ਕੰਮ ਔਖਾ ਹੈ ਟਰੱਕਾਂ ਦਾ, ਸੜਕਾਂ ਤੇ ਰੁਲ ਜਾਂਦਾ ਬੰਦਾ ਲੱਖਾਂ ਦਾ, ਆਲਾ ਦੁਆਲਾ ਪਿਆ ਜੰਮਿਆ ਫਿਰ ਵੀ ਡੋਲੇ ਨਹੀਂ ਜੇਰੇ ਜੱਟਾਂ ਦੇ ਪੁੱਤਾਂ ਦੇ, ਖੁੱਲੀਆਂ ਸਕੇਲਾਂ ਸਕੇਲਾਂ ਤੇ ਟਾਈਮ ਤੇ ਕਿਤੇ ਪੰਗੇ ਆ ਲੌਗ ਬੁੱਕਾਂ ਦੇ, ਵਾਅਦਿਆਂ ਜਵਾਨਾਂ ਦੇ ਪੱਕੇ ਆ ਭੇਰ ਯਾਰਾਂ ਦੇ, ਇਹਨਾਂ ਨੇ ਕਿਸੇ ਕੋਲੇ ਖੋਲੇ ਨਹੀਂ, ਭਾਵੇਂ ਚਾਰਾਂ ਨੂੰ ਗੇਲਣ ਹੋ ਗਈ ਆ ਫਿਰ ਵੀ ਇਹ ਡੋਲੇ ਨਹੀਂ। ਆਮ ਬੰਦੇ ਨੂੰ ਜੇ ਬੀਹਾਂ ਦਾ ਤੇਲ ਕਾਰ 'ਚ ਪਾਉਣਾ ਪੈ ਜਾਵੇ ਤਾਂ ਉਹ ਇਹ ਗੱਲ ਕਹਿੰਦਾ ਵੀ ਇਹ ਵੀ ਪੰਗਾ ਹੀ ਹੈ, ਪਰ ਇਹਨਾਂ ਦਾ ਜੇ 500-400 ਰਾਹ 'ਚ ਲੱਗ ਜੇ ਤਾਂ ਕਹਿਣਗੇ ਚੱਲ ਜਿਹੜਾ ਮਹਾਰਾਜ ਨੇ ਕਰਤਾ ਚੰਗਾ ਹੀ ਹੈ। ਇੱਜ ਤਾਂ ਅਣਖਾਂ ਦੇ ਭਾਈਵਾਲ ਇਹ ਆਪਣੀ ਭੈਣ ਸਮਝਦੇ ਆ, ਯਾਰ ਦੀ ਭੈਣ ਨੂੰ ਰੀਫਰ ਫਲੈਟ ਬੈੱਡ ਸਟੈਪ ਡੈੱਕ ਤੇ ਕਈ ਖਿੱਚਦੇ ਆ ਡਰਾਈ ਵੈਨ ਨੂੰ, ਜਿਹੜੇ ਸਮੁੰਦਰ ਲੋਕੀ ਫਿਲਮਾਂ 'ਚ ਵੇਖਦੇ ਆ ਉੱਥੋਂ ਤੱਕ ਮਾਰ ਆ ਇਹਨਾਂ ਦੀ, ਕਾਂਬਾ ਛਿੜ ਜਾਂਦਾ ਕਾਂਬਾ ਜਦੋਂ ਗੱਲ ਤੁਰਦੀ ਆ ਵੀ ਟ੍ਰੇਨਾਂ ਦੀ। 30-30 ਸਾਲ ਹੋ ਗਏ ਇਹਨਾਂ ਨੂੰ ਘਰੋਂ ਨਿਕਲਿਆਂ ਨੂੰ, ਇਹਨਾਂ ਨੇ ਸੜਕਾਂ 'ਤੇ ਗਾੜਤੀਆਂ ਜਵਾਨੀਆਂ, ਉਹਨਾਂ ਨੂੰ ਕੀ ਪਤਾ ਬਲੈਕ ਆਈਸ ਦਾ, ਜਿਹੜੇ 7 ਵਜੇ ਸੌਂ ਜਾਂਦੇ ਆ ਲਾ ਕੇ ਮੱਛਰਦਾਨੀਆਂ, ਕਾਲੀਆਂ ਰਾਤਾਂ ਲੰਮੀਆਂ ਵਾਟਾਂ, ਸਿਆਲਾਂ 'ਚ -15 ਅਤੇ ਗਰਮੀ 'ਚ 125 ਫਿਰ ਵੀ ਪਰਵਾਹ ਨਹੀਂ ਕਰਦੇ ਵੈਦਰਾਂ ਦੀ। ਜੇ ਵੇਖਿਆ ਜਾਵੇ ਰੰਡਿਆਲੇ ਵਾਲਿਆ ਕੁਰਬਾਨੀ ਬਹੁਤ ਵੱਡੀ ਆ ਡਰਾਈਵਰਾਂ ਦੀ, ਬਹੁਤ ਵੱਡੀ ਆ ਡਰਾਈਵਰਾਂ ਦੀ।